ਤਰਨਤਾਰਨ ਵਾਲ ਜਿੱਥੇ ਪਿੰਡ ਬਲੀਪੁਰ ਦੇ ਵਿੱਚ ਪੰਚਾਇਤ ਮੈਂਬਰ ਤੇ ਜਾਨਲੇਵਾ ਹਮਲਾ ਹੋਇਆ। ਪੰਚਾਇਤ ਮੈਂਬਰ ਦੇ 4 ਗੋਲੀਆਂ ਵੱਜੀਆਂ ਨੇ ਤੇ ਪੁਲਿਸ ਸਾਰੇ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ। ਤਸਵੀਰਾਂ ਤੁਸੀਂ ਵੇਖ ਰਹੇ ਹੋ ਜਿਨ੍ਹਾਂ ਨੂੰ ਜੇਰੇ ਲਾਸ਼ ਹਸਪਤਾਲ 'ਚ ਭਰਤੀ ਕਰਾ ਦਿੱਤਾ ਗਿਆ। ਪਿੰਡ ਬਲੀਪੁਰ ਦਾ ਮਾਮਲਾ ਇਸ ਸਾਹਮਣੇ ਆਇਆ ਜਿੱਥੇ ਪੰਚਾਇਤ ਮੈਂਬਰ ਤੇ ਜਾਨਲੇਵਾ ਹਮਲਾ ਹੋਇਆ। ਇਹਨਾਂ ਦੇ 4 ਗੋਲੀਆਂ ਲੱਗੀਆਂ ਦੱਸੀਆਂ ਜਾ ਰਹੀਆਂ ਨੇ। ਖਬਰ ਤਰਨ ਤਾਰਨ ਤੋਂ ਸਾਹਮਣੇ ਆਈ। ਬੈਠਾ ਹਾਂ, ਮਰੀਜ਼ਾਂ ਨੂੰ ਦਵਾਈ ਦੇ ਰਿਹਾ ਹਾਂ। ਮੇਰੀ ਆਰ ਐਮ ਪੀ ਗਲਤ ਦੁਕਾਨ ਆ ਪਿੰਡ 'ਚ। 2 ਜਣੇ ਅੰਦਰ ਆਏ, ਬਾਕੀ 5-6 ਜਣੇ ਬਾਹਰ ਸੀਗੇ। ਉਹਨਾਂ ਆ ਕੇ ਪੁੱਛਿਆ ਨਹੀਂ, ਦੱਸਿਆ ਨਹੀਂ, ਪਹਿਲੋਂ ਪੱਟ 'ਚ ਗੋਲੀ ਮਾਰੀ ਆ, ਫਿਰ ਸਾਨੂੰ ਕਿਹਾ ਵੀ ਤੂੰ ਮੁੰਡੇ ਲਿਆਂਦੇ ਪਿੰਡ, ਤੂੰ ਮਾਫੀਆਂ ਮੰਗਾਈਆਂ, ਤੂੰ ਐਂ ਕੀਤਾ, ਤੂੰ ਜੇ ਕੀਤਾ, ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ। ਮਰੀਜ਼ ਬੈਠੇ ਸੀ ਜਿਹੜੇ, ਉਹ ਭੱਜ ਕੇ ਤੇ ਵਿਚਾਰੇ ਇੱਕ ਪਾਸੇ ਹੋ ਗਿਆ। ਮੇਰੇ ਬੈਠਿਆਂ ਦੇ ਗੋਲੀਆਂ ਮਾਰਤੀਆਂ, ਮੈਂ ਗਾਰਡ ਕੋਲ।